सत श्री अकाल, मैं हरप्रीत कौर, तुसी देख रहे हो पंजाब न्यूज़। लैके हाजिर हां बुलेटिन, शुरुआत करांगे अज दी मुख सुरखियां दे नाल। विधानसभा सेशन दौरान पास किए गए मान सरकार दे चारों बिल हुए चैत। राजपाल ने चिट्ठी दे जवाब च चारों बिलों नु दस्या गैर कानूनी, विधानसभा सेशन नु भी दस्या गैर संविधानिक, विरोधी धिर हुईयां मान दुआले। सूबे च नहीं रुक रहा बेअदबियां दा दौर, सरकार ते प्रशासन दी कारगुजारी ते खड़े हो रहे ने सवाल। गुरदासपुर दे गुरु घर च दिन दिहाड़े हुई श्री गुरु ग्रंथ साहिब जी दी बेअदबी, पुलिस ने खंगालने शुरू कीते सीसीटीवी कैमरे। हिमाचल च फसे यात्रियों की एजीपीसी ने फड़ी बांह, मणिकर्ण साहब के दर्शन लिए गए सन श्रद्धालु, बीते दिन जंगल के रास्ते च आउंदियां वीडियो हुई सन वायरल। सूबे च आए हड़ा ने पटियाला च मचाई तबाही, हुण तक दियां रिपोर्टां मुताबिक कई हजार हेक्टेयर फसल हुई बर्बाद, प्रशासन ने हुण तक सिर्फ लोकां नूं दित्ता हर संभव मदद देण दा भरोसा। ते हुण खबरां विस्तार दे नाल। भाजपा लई 2024 दा राह सौखा हुंदा होया नजर आ रहा। आगामी चोणां नूं लैके 26 दे करीब विरोधी दलां दे वल्लों बेंगलुरु च मीटिंग कर नवें अलायंस दा मुढ बन दिता गया। इस अलायंस दा नां इंडिया भाव इंडियन नैशनल डेमोक्रेटिक इनकलूसिव अलायंस रख्या गया। इस अलायंस नूं लैके कांग्रेस दे प्रधान मल्लिकार्जुन खड़गे दा कहना है कि कांग्रेस किसे अहुदे दी लालसा लई नहीं सगों देश दे हित लई जुड़ी है। ते दूजे पासे कांग्रेस दे प्रधान सुनील जाखड़ ने आप ते निशाना साधिया ते कहा कि हुण समझ नहीं आ रही कि कांग्रेस पंजाब च विरोधी धिर जां सरकारी पार्टी है। खैर, इस गठजोड़ नूं लैके प्रधानमंत्री मोदी दा कहना है कि बेंगलुरु च करप्ट भ्रिष्टाचारी इकट्ठे होए ने। गुरुद्वारा सोध एक्ट 1925 नूं लैके छिड़िया विवाद हुण रुकण दा नाम नहीं लै रहा। सीएम वल्लों राजपाल नूं लिखी चिट्ठी दा जवाब आउण तों बाद इह विवाद होर गूढ़ा हो गया। ते हुण राजपाल दे वल्लों जवाब च लिखिया गया कि मान सरकार वल्लों बीते विधानसभा सैशन दौरान पास कीते गए चारों बिल गैर कानूनी ते इस सैशन नूं भी गैर संविधानिक करार दे दिता, जिस ते विरोधी धिरां वल्लों भी मान नूं निशाना बनाया गया। ਸਾਡੇ ਦੇਸ਼ ਦੇ 76 ਸਾਲ ਦੇ ਜਮਹੂਰੀਅਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਸਾਨੂੰ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਕਿਸੇ ਸੂਬੇ ਦੀ ਚੁਣੀ ਹੋਈ ਸਰਕਾਰ ਵੱਲੋਂ ਬੁਲਾਏ ਗਏ ਸੈਸ਼ਨ ਨੂੰ ਉਸ ਸੂਬੇ ਦੇ ਗਵਰਨਰ ਵੱਲੋਂ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਕਰਾਰ ਦੇ ਕੇ ਰੱਦ ਕਰਨਾ ਪਿਆ ਹੋਵੇ। ਮੈਂ ਸਮਝਦਾ ਇਹ ਭਗਵੰਤ ਮਾਨ ਦੀ ਸਰਕਾਰ ਦਾ ਗੈਰ ਸੰਜੀਦਾ ਤੇ ਗੈਰ ਜ਼ਿੰਮੇਵਾਰਾਨਾ ਰਵੱਈਏ ਦਾ ਇੱਕ ਜਿੰਦਾ ਜਾਗਦਾ ਸਬੂਤ ਹੈ, ਕਿਉਂਕਿ ਇਸ ਸੈਸ਼ਨ ਦੇ ਵਿੱਚੋਂ ਵਾਕਈ ਅਸੀਂ ਸਾਰੇ ਹੀ ਇਸ ਗੱਲ ਦਾ ਸਵਾਲ ਚੁੱਕਦੇ ਰਹੇ ਹਾਂ ਕਿ ਇਸ ਸੈਸ਼ਨ ਦੇ ਵਿੱਚੋਂ ਸਾਨੂੰ ਪੰਜਾਬ ਵਾਸਤੇ ਕੀ ਲੱਭਿਆ, ਇਸ ਸੈਸ਼ਨ ਨੂੰ ਬੁਲਾਏ ਜਾਣ ਦਾ ਕੀ ਕਾਰਨ ਰਿਹਾ। ਸਾਨੂੰ ਕਦੇ ਇਹ ਸਮਝ ਨਹੀਂ ਲੱਗਿਆ ਸੀ, ਔਰ ਹੁਣ ਗਵਰਨਰ ਸਾਹਿਬ ਦੇ ਫੈਸਲੇ ਤੋਂ ਬਿਲਕੁਲ ਇਹ ਸਪਸ਼ਟ ਹੋ ਗਿਆ ਕਿ ਇਹ ਸੈਸ਼ਨ ਕਿਤੇ ਨਾ ਕਿਤੇ ਲੋਕਤੰਤਰ ਦਾ ਮਜ਼ਾਕ ਉਡਾਉਣ ਵਾਲੀ ਗੱਲ ਸਾਨੂੰ ਲੱਗੀ। ਔਰ ਮੈਂ ਖਾਸ ਤੌਰ 'ਤੇ ਇੱਥੇ ਜ਼ਿਕਰ ਕਰਨਾ ਚਾਹੂੰਗਾ ਕਿ ਆਪਣੀ ਸਰਕਾਰ ਦੀਆਂ ਕਾਰਗੁਜ਼ਾਰੀਆਂ ਅਤੇ ਹੋ ਰਹੀ ਨਮੋਸ਼ੀ ਤੋਂ ਬਚਣ ਲਈ ਇਹ ਸਰਕਾਰ ਜਿਹੜੀ ਭਗਵੰਤ ਮਾਨ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ 1.5 ਸਾਲ ਤੋਂ ਬਣੀ ਹੈ, ਇਹ ਕੋਈ ਨਾ ਕੋਈ ਸ਼ਗੂਫੇਬਾਜ਼ੀ ਦੇ ਵਿੱਚ ਮਸ਼ਗੂਲ ਹੈ। ਜਨਤਾ ਨਾਲ ਕੀਤੇ ਵਾਅਦੇ, ਜਨਤਾ ਦੇ ਹੱਕਾਂ ਵਿੱਚ ਕੀਤੇ ਜਾਣ ਵਾਲੇ ਕੰਮ ਅਤੇ ਪੰਜਾਬ ਦੀ ਬਿਹਤਰੀ ਲਈ ਇਹ ਸਰਕਾਰ ਬਿਲਕੁਲ ਵੀ ਸੰਜੀਦਾ ਨਹੀਂ ਹੈ। ਦੇਸ਼ ਸੰਵਿਧਾਨ ਨਾਲ ਚੱਲਦਾ ਹੈਗਾ, ਔਰ ਕਿਸੇ ਵੀ ਪ੍ਰਦੇਸ਼ ਦੇ ਰਾਜਪਾਲ ਦੀ ਜ਼ਿੰਮੇਵਾਰੀ ਇਹੀ ਹੈ ਕਿ ਉਹ ਪ੍ਰਦੇਸ਼ ਦੀ ਸਰਕਾਰ ਵੱਲ ਇਹ ਜ਼ਰੂਰ ਦੇਖੇ ਕਿ ਉਹ ਸੰਵਿਧਾਨ ਦੇ ਅਕੋਰਡਿੰਗਲੀ ਚੱਲਦੀ ਪਈ ਹੈ ਜਾਂ ਨਹੀਂ ਚੱਲਦੀ ਪਈ ਹੈ। ਪਿੱਛੇ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਨੇ ਅਸੈਂਬਲੀ ਦਾ ਸੈਸ਼ਨ ਕਾਲ ਕੀਤਾ ਸੀ, ਇਹਨਾਂ ਨੇ ਉਸਦਾ ਏਜੰਡਾ ਗਵਰਨਰ ਸਾਹਿਬ ਨੂੰ ਭੇਜਣ ਦੀ ਜ਼ਰੂਰਤ ਵੀ ਨਹੀਂ ਸਮਝੀ। ਇਸ ਤਰੀਕੇ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਸਰਕਾਰ ਨੂੰ ਚਲਾਉਣਾ ਚਾਹੁੰਦੇ ਹੈ? ਕਿਆ ਸੰਵਿਧਾਨ ਨੂੰ ਇਹ ਦਰਕਿਨਾਰ ਕਰਨਾ ਚਾਹੁੰਦੇ ਹੈਗੇ? ਦੇਸ਼ ਪ੍ਰਦੇਸ਼ ਦੀ ਸਰਕਾਰ ਸੰਵਿਧਾਨ ਦੇ ਅਕੋਰਡਿੰਗਲੀ ਚੱਲੇਗੀ, ਔਰ ਗਵਰਨਰ ਸਾਹਿਬ ਦੀ ਡਿਊਟੀ ਬਣਦੀ ਹੀ ਹੈ ਕਿ ਜੇ ਕੁਛ ਸੰਵਿਧਾਨ ਦੇ ਅਗੇਂਸਟ ਮੁੱਖ ਮੰਤਰੀ ਕਰਦੇ ਹੈਗੇ ਤੇ ਉਸ ਚੀਜ਼ ਨੂੰ ਨਕਾਰਨ। ਹੁਣ ਡੈਫੀਨੇਟਲੀ ਜਦੋਂ ਤੁਸੀਂ ਏਜੰਡਾ ਗਵਰਨਰ ਸਾਹਿਬ ਨੂੰ ਨਹੀਂ ਭੇਜਿਆ ਹੈਗਾ ਤੇ ਉਹਨਾਂ ਦਾ ਹੱਕ ਬਣਦਾ ਹੈਗਾ ਸੀ ਕਿ ਸੰਵਿਧਾਨ ਦੇ ਅਕੋਰਡਿੰਗਲੀ ਉਹ ਜਿਹੜਾ ਖਰਚਾ ਹੈਗਾ ਅਸੈਂਬਲੀ ਦੇ ਸੈਸ਼ਨ ਦਾ ਉਹਨੂੰ ਰਿਜੈਕਟ ਕਰ ਦੇ। ਮੈਂ ਸਮਝਦਾ ਵਾਂ ਕਿ ਗਵਰਨਰ ਸਾਹਿਬ ਨੇ ਜੋ ਵੀ ਨਿਰਣੇ ਲਿੱਤਾ ਹੈ ਇਹਦੇ ਬਾਰੇ ਉਹ ਬਿਲਕੁਲ ਠੀਕ ਹੈਗਾ ਵੈ, ਔਰ ਭਗਵੰਤ ਮਾਨ ਜੀ ਨੂੰ ਇਸ ਚੀਜ਼ ਦਾ ਖਾਮਿਆਜ਼ਾ ਤੇ ਭੁਗਤਣਾ ਹੀ ਪਏਗਾ। ਆਸ਼ਾ ਕਰਨਾ ਵਾਂ ਕਿ ਭਗਵੰਤ ਮਾਨ ਜੀ ਆਪਣੇ ਆਪ ਨੂੰ ਹਰ ਚੀਜ਼ ਤੋਂ ਉੱਪਰ ਨਾ ਸਮਝਣ, ਔਰ ਜੋ ਵੀ ਪ੍ਰਦੇਸ਼ ਹੈਗਾ ਉਹਨੂੰ ਸੰਵਿਧਾਨ ਦੇ ਅਕੋਰਡਿੰਗ ਚਲਾਉਣ ਦੀ ਕੋਸ਼ਿਸ਼ ਕਰਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ ਵਾਰ ਮੁੜ ਤੋਂ ਸੂਬਾ ਸਰਕਾਰ ਨੂੰ ਝਟਕਾ ਦਿੰਦਿਆਂ ਫਟਕਾਰ ਲਗਾਈ ਗਈ ਹੈ। ਦਰਅਸਲ ਇਸ ਵਾਰ ਹਾਈ ਕੋਰਟ ਨੇ ਪਟਵਾਰੀਆਂ ਦੀ ਨਿਯੁਕਤੀ ਨੂੰ ਲੈ ਕੇ ਸੂਬਾ ਸਰਕਾਰ ਨੂੰ ਝਾੜ ਲਗਾਈ ਹੈ। ਹਾਈ ਕੋਰਟ ਨੇ ਸੂਬਾ ਸਰਕਾਰ ਵੱਲੋਂ ਭਰਤੀ ਕੀਤੇ ਗਏ ਪਟਵਾਰੀਆਂ ਦੀ ਟ੍ਰੇਨਿੰਗ 1 ਸਾਲ ਦੀ ਥਾਂ 1.5 ਸਾਲ ਦੀ ਕਰਨ ਦੀ ਤਜਵੀਜ਼ ਸੁਣਾਈ ਹੈ।
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਟਵਾਰੀਆਂ ਦੀ ਨਿਯੁਕਤੀ ਸੰਬੰਧੀ ਪੰਜਾਬ ਸਰਕਾਰ ਦੇ ਫੈਸਲੇ ਨੂੰ ਗਲਤ ਕਰਾਰ ਦਿੱਤਾ। ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਾਲ 6 ਜੁਲਾਈ ਨੂੰ ਐਲਾਨ ਕੀਤਾ ਸੀ ਕਿ ਪੰਜਾਬ 'ਚ ਹੁਣ ਪਟਵਾਰੀਆਂ ਦੀ ਟ੍ਰੇਨਿੰਗ ਦਾ ਸਮਾਂ 1.5 ਸਾਲ ਦਾ ਨਹੀਂ ਸਗੋਂ 1 ਸਾਲ ਦਾ ਹੋਵੇਗਾ ਅਤੇ ਟ੍ਰੇਨਿੰਗ ਦੌਰਾਨ ਤੋਂ ਹੀ ਪਟਵਾਰੀਆਂ ਨੂੰ ਤਨਖਾਹਾਂ ਦਿੱਤੀਆਂ ਜਾਣਗੀਆਂ। ਦਰਅਸਲ ਸਰਕਾਰ ਦੇ ਇਸ ਫੈਸਲੇ ਖਿਲਾਫ਼ ਪੰਜਾਬ ਹਰਿਆਣਾ ਹਾਈ ਕੋਰਟ 'ਚ ਇੱਕ ਪਟਵਾਰੀ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ 'ਤੇ ਹਾਈ ਕੋਰਟ ਨੇ 26 ਮਈ 2023 ਤੋਂ ਪਹਿਲਾਂ ਨਿਯੁਕਤ ਕੀਤੇ ਗਏ ਪਟਵਾਰੀਆਂ ਦੀ ਸਿਰਫ 1 ਸਾਲ ਦੀ ਟ੍ਰੇਨਿੰਗ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਸੀ। ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਨੇ ਫੈਸਲੇ 'ਚ ਕਿਹਾ ਸੀ ਕਿ ਸਾਲ 1966 ਦੇ ਨਿਯਮਾਂ ਅਨੁਸਾਰ ਪਟਵਾਰੀਆਂ ਨੂੰ ਆਪਣੀ ਸਿਖਲਾਈ ਪੂਰੀ ਕਰਨੀ ਪਵੇਗੀ। ਜ਼ਿਕਰੇ ਖਾਸ ਹੈ ਕਿ ਫੈਸਲੇ 'ਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਜੇਕਰ ਨਿਯੁਕਤੀ ਤੋਂ ਬਾਅਦ ਪਟਵਾਰੀਆਂ ਨੂੰ ਤਨਖਾਹ ਦਿੱਤੀ ਗਈ ਤਾਂ ਉਸਨੂੰ ਟ੍ਰੇਨਿੰਗ ਸਟਾਈਪੈਡ ਤੋਂ ਦੁਬਾਰਾ ਤੈਅ ਕੀਤਾ ਜਾਵੇਗਾ। ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਕਿ ਪਟੀਸ਼ਨ ਦਾਇਰ ਕਰਨ ਵਾਲਾ ਪਟਵਾਰੀ ਪਹਿਲਾਂ ਨਿਯੁਕਤ ਸੀ, ਇਸ ਲਈ ਉਸਨੂੰ ਨੌਕਰੀ ਵਿੱਚ ਸੀਨੀਅਰਤਾ ਦਿੱਤੀ ਜਾਵੇ। ਦਰਅਸਲ 1.5 ਸਾਲ ਦੀ ਟ੍ਰੇਨਿੰਗ ਤੋਂ ਬਾਅਦ ਨਿਯੁਕਤ ਹੋਏ ਪਟਵਾਰੀਆਂ ਨੇ ਹਾਈ ਕੋਰਟ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਉਹਨਾਂ ਨੇ 1.5 ਸਾਲ ਦੀ ਟ੍ਰੇਨਿੰਗ ਲਈ ਸੀ, ਜਦਕਿ ਉਸ ਤੋਂ ਬਾਅਦ ਨਿਯੁਕਤ ਹੋਏ ਪਟਵਾਰੀਆਂ ਨੂੰ 1 ਸਾਲ ਦੀ ਟ੍ਰੇਨਿੰਗ ਦਿੱਤੀ ਗਈ ਅਤੇ ਅਜਿਹੇ 'ਚ 1 ਸਾਲ ਦੀ ਟ੍ਰੇਨਿੰਗ ਲੈਣ ਵਾਲਿਆਂ ਨੂੰ ਉਹਨਾਂ ਤੋਂ ਬਾਅਦ ਨਿਯੁਕਤ ਕੀਤਾ ਗਿਆ ਅਤੇ ਉਹਨਾਂ ਤੋਂ ਸੀਨੀਅਰ ਬਣਾਏ ਗਏ। ਪਟੀਸ਼ਨ ਨੂੰ ਸਵੀਕਾਰ ਕਰਦਿਆਂ ਹਾਈ ਕੋਰਟ ਨੇ ਕਿਹਾ ਕਿ 26 ਮਈ ਤੋਂ ਪਹਿਲਾਂ ਨਿਯੁਕਤ ਕੀਤੇ ਗਏ ਪਟਵਾਰੀਆਂ ਨੂੰ ਨਿਯਮਾਂ ਅਨੁਸਾਰ 1.5 ਸਾਲ ਦੀ ਸਿਖਲਾਈ ਲੈਣੀ ਪਵੇਗੀ। ਖੈਰ, ਇੱਕ ਪਾਸੇ ਸਰਕਾਰ ਦੇ ਵੱਲੋਂ ਆਪਣੇ ਤੌਰ 'ਤੇ ਕੀਤੇ ਗਏ ਫੈਸਲੇ 'ਤੇ, ਦੂਜੇ ਪਾਸੇ ਅਧਿਕਾਰੀਆਂ ਵੱਲੋਂ ਸਰਕਾਰ ਦੀ ਮਨਮਰਜ਼ੀ ਨੂੰ ਜਿਸ ਤਰ੍ਹਾਂ ਦੇ ਨਾਲ ਹਾਈ ਕੋਰਟ 'ਚ ਚੁਣੌਤੀ ਦਿੱਤੀ ਗਈ ਆ, ਉਸ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੂਬੇ ਦੇ ਅਧਿਕਾਰੀ ਕਿਤੇ ਨਾ ਕਿਤੇ ਸਰਕਾਰ ਦੇ ਹੁਕਮਾਂ ਤੋਂ ਖਫਾ ਨੇ ਅਤੇ ਸਰਕਾਰ ਦੇ ਅਧਿਕਾਰੀ 2 ਫਾੜ ਹੋ ਚੁੱਕੇ ਨੇ, ਜਿਨ੍ਹਾਂ ਨੂੰ ਇਕੱਠੇ ਤੁਰਨ ਦੀ ਲੋੜ ਸੂਬੇ ਦੀ ਅਤੇ ਲੋਕਾਂ ਦੀ ਭਲਾਈ ਲਈ ਜ਼ਰੂਰੀ ਆ। ਸੂਬੇ 'ਚ ਗੁਰੂ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦੇ ਪਿੰਡ ਬਹਿਰਾਮਪੁਰ ਤੋਂ ਸਾਹਮਣੇ ਆਇਆ, ਜਿੱਥੇ ਕਿ ਗੁਰਦੁਆਰਾ 6ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਗੁਰੂ ਘਰ 'ਚ ਬੇਅਦਬੀ ਦੀ ਘਟਨਾ ਵਾਪਰੀ ਹੈ, ਜਿਸ ਨਾਲ ਇੱਕ ਵਾਰ ਫਿਰ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਬਹਿਰਾਮਪੁਰ ਇਤਿਹਾਸਕ ਗੁਰਦੁਆਰਾ 6ਵੀਂ ਪਾਤਸ਼ਾਹੀ, ਇੱਥੇ ਅੱਜ ਕੋਈ 11:30 ਵਜੇ ਬਾਹਰੋਂ 2 ਬੱਚੇ ਕਹਿ ਲਓ, ਇਨਸਾਨ ਕਹਿ ਲਓ, ਆਏ ਸੀ ਬਾਹਰ ਆਪਣੀ ਸਕੂਟਰੀ ਲਾ ਕੇ, ਅਤੇ ਇੱਥੇ ਸੇਵਾ ਚੱਲ ਰਹੀ ਆ ਅਤੇ ਉਹ ਅੰਦਰ ਗਏ ਆ ਅਤੇ ਅੰਦਰੋਂ ਜਦੋਂ ਮਹਾਰਾਜ ਦੇ ਅੰਗ ਪਾੜ ਗਏ ਤਾਂ ਉਹ ਇੱਥੋਂ ਚਲੇ ਗਏ। ਬਾਅਦ ਵਿੱਚ ਸੇਵਾਦਾਰਾਂ ਨੇ ਕਿ ਘੰਟੇ ਕੁ ਬਾਅਦ ਜਦੋਂ ਅੰਦਰ ਜਾ ਕੇ ਦਰਸ਼ਨ ਕੀਤੇ ਤਾਂ ਮਹਾਰਾਜ ਦੇ ਅੰਗ ਜਿਹੜੇ ਸੀ ਉਹ ਪੀੜੇ ਸਾਹਿਬ ਤੋਂ ਪਾੜ ਕੇ ਥੱਲੇ ਜਿੱਥੇ ਗ੍ਰੰਥੀ ਸਿੰਘ ਬੈਠਦਾ ਉੱਥੇ ਸੁੱਟੇ ਹੋਏ ਸੀ। ਬੇਅਦਬੀ ਹੋਈ ਆ, 11:30 ਵਜੇ ਦਾ ਟਾਈਮ ਆ, 11:30 ਤੋਂ 12 ਵਜੇ ਦੇ ਵਿੱਚ। ਬਾਬਾ ਜੀ, ਆਏ ਦਿਨ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ, ਖਾਸ ਕਰਕੇ ਗੁਰਦੁਆਰਾ ਗੁਰਦਾਸਪੁਰ ਵੀ ਪਹਿਲਾਂ ਕਈ ਘਟਨਾ ਲੱਗਦਾ ਨੇ ਕਿ ਉਹ ਸਖ਼ਤ ਕਦਮ ਚੁੱਕਣ ਦੀ ਲੋੜ ਹੈ ਕਿ ਜਾਂ ਨਹੀਂ? ਕਦਮ ਤਾਂ ਸਖ਼ਤ ਤੋਂ ਸਖ਼ਤ ਚੁੱਕਣ ਦੀ ਲੋੜ ਹੈ, ਦੂਜੀ ਗੱਲ ਇਹ ਜਾਣ ਬੁੱਝ ਕੇ ਹੋ ਰਿਹਾ ਜੀ, ਇੱਕ ਸਾਜ ਦਾ ਹਿੱਸਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਨਾਲ ਕੀ ਇਹਦਾ ਕੀ ਵੈਰ ਆ, ਕੋਈ ਸਾਡੇ ਨਾਲ ਸਿੱਧਾ ਹੋ ਜਾਵੇ, ਸਾਡੇ ਨਾਲ ਆ ਕੇ ਵੇਖ ਲਿਆ ਜਿਹਨੇ ਵੇਖਣਾ, ਅਤੇ ਇਹ ਤਾਂ ਗੁਰੂ ਗ੍ਰੰਥ ਸਾਹਿਬ ਨਾਲ ਜਾਣ ਬੁੱਝ ਕੇ ਕੀਤਾ ਜਾ ਰਿਹਾ ਜੀ। ਬਾਈ ਦਾ ਵੇ ਜੇ ਕੋਈ ਸਾਡੇ ਵਰਗਾ ਇੱਥੇ ਹੁੰਦਾ, ਮੌਕੇ 'ਤੇ ਕਾਬੂ ਹੁੰਦਾ, ਤੁਸੀਂ ਤਾਂ ਅਸੀਂ ਦੱਸਦੇ ਕੀ ਕਰਨਾ ਸੀ। ਜਦੋਂ ਵੀ ਅਜਿਹੇ ਲੋਕ ਫੜੇ ਜਾਂਦੇ, ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਵੀ ਉਹ ਮੈਂਟਲੀ ਹਰਾਸਮੈਂਟ ਦੇ ਜਾਂ ਕਿਹੜੇ ਸ਼ਬਦ ਦੇ ਅੰਦਰ ਦਿੱਤਾ ਜਾਂਦਾ ਇਹ ਜਾਂ ਇਹ ਵੇਖੋ, ਇਹ ਗੱਲਾਂ ਜਿਹੜੀਆਂ ਦੁਖਦਾਈ ਨੇ, ਜਦੋਂ ਜਾਂਚ ਦਾ ਵਿਸ਼ਾ ਆਉਂਦਾ ਤਾਂ ਫਿਰ ਉਹ ਮੈਂਟਲੀ ਕਹਿ ਦਿੱਤਾ। ਮੈਂਟਲ ਗੁਰੂ ਘਰ ਨੂੰ ਕਿਉਂ ਆਉਂਦੇ ਨੇ? ਮੈਂਟਲ ਆਪਣੀ ਮਾਂ ਦਾ ਗਲਾ ਕਿਉਂ ਨਹੀਂ ਵੱਢਦਾ? ਮੈਂਟਲ ਆਪਣੇ ਪਿਓ ਨੂੰ ਕਿਉਂ ਨਹੀਂ ਮਾਰਦਾ, ਜਾਂ ਆਪਣੇ ਘਰ ਬੱਚਿਆਂ ਨੂੰ ਕਿਉਂ ਨਹੀਂ ਮਾਰ ਦਿੰਦਾ, ਜਾਂ ਕਿ ਕੋਠੀ ਤੋਂ ਛਾਲ ਕਿਉਂ ਨਹੀਂ ਮਾਰ ਦਿੰਦਾ? ਮੈਂਟਲ ਗੁਰੂ ਘਰ ਨੂੰ ਕਿਉਂ ਆਉਂਦਾ? ਧਾਰਮਿਕ ਸਥਾਨ ਤੇ ਕਿਉਂ ਆਉਂਦਾ? ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਅੱਗੇ ਤੋਂ, ਏਦਾਂ ਦੀ ਕੋਈ ਘਟਨਾ ਜਿਹੜੀ ਹੈ ਨਾ ਵਾਪਰੇ। ਲੇਕਿਨ ਅਸੀਂ ਤਾਂ ਦੁਖੀ ਹਾਂ ਨਾ, ਅਸੀਂ ਤਾਂ ਹੁਣ ਇੰਨੇ ਦੁਖੀ ਹੋ ਚੁੱਕੇ ਵੀ ਜਾਂ ਮਾਰਾਂਗੇ ਜਾਂ ਮਾਰਾਂਗੇ, ਜੋ ਇੱਦਾਂ ਦਾ ਲੱਭ ਗਿਆ ਅਸੀਂ ਤਾਂ ਹੁਣ ਢਿੱਲ ਕਰ ਲਿਆ। ਹਾਂ, ਜਿਵੇਂ ਦਰਬਾਰ ਸਾਹਿਬ ਹੋਇਆ ਸੀ, ਜੇ ਉਹ ਅੰਦਰ ਐਂਟਰੀ ਕੀਤੀ ਉਹਦੇ ਉਸੇ ਵੇਲੇ ਇਹੋ ਜਿਹੇ ਬੰਦੇ ਨੂੰ ਉਸੇ ਵੇਲੇ ਗੱਡੀ ਚੜਾ ਲੈਣਾ ਚਾਹੀਦਾ, ਚਾਹੇ ਉਹ ਮੰਦਰ 'ਚ ਵੜੇ, ਚਾਹੇ ਮਸਜਿਦ, ਚਾਹੇ ਗੁਰਦੁਆਰੇ 'ਚ, ਕਿਤੇ ਵੀ ਧਾਰਮਿਕ ਸਥਾਨ 'ਤੇ ਕੋਈ ਜਾਂਦਾ ਨਾ, ਭਾਵਨਾ ਨੂੰ ਠੇਸ ਪਹੁੰਚਾਉਣ, ਉਹਨੂੰ ਉਸੇ ਵੇਲੇ ਉੱਥੇ ਮੌਕੇ 'ਤੇ ਸੋਧਾ ਲਾ ਦੇਣਾ। ਅੱਜ ਜੀ ਪਿੰਡ ਬਹਿਰਾਮ ਦੇ ਵਿੱਚ ਗੁਰਦੁਆਰਾ ਸਾਹਿਬ ਸ਼੍ਰੀ ਚਰਨ ਕਮਲ ਪਾਤਸ਼ਾਹੀ 6ਵੀਂ ਦੇ ਵਿੱਚ ਜਿਹੜੀ ਉਸਾਰੀ ਦੇ ਅਧਾਨ ਬਿਲਡਿੰਗ ਜਿਹੜੀ ਤਿਆਰੀ ਹੋ ਰਹੀ ਗੁਰਦੁਆਰਾ ਸਾਹਿਬ ਦੀ,
ਅਤੇ ਇੱਥੇ ਅੱਜ ਇੱਕ ਬੰਦਾ 11ਵੀਂ ਤੋਂ ਬਾਅਦ ਭਾਰੇ ਸਰੀਰ ਦਾ 30 ਸਾਲ ਦਾ ਸਿਰ 'ਤੇ ਉਹਨੇ ਰੁਮਾਲ ਬੱਧਾ ਸੀ ਅਤੇ ਪੈਂਟ ਕਮੀਜ਼ ਪਾਈ ਸੀ ਪਰ ਪੈਂਟ ਕਮੀਜ਼ ਦਾ ਰੰਗ ਨਹੀਂ ਪਤਾ ਲੱਗਾ ਪੈਰੀ ਚੱਪਲਾਂ ਪਾਈਆਂ ਸੀ ਉਹਨੇ ਕੁੰਡਾ ਖੋਲ੍ਹ ਕੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਕੋਈ ਟਾਈਮ ਬਾਅਦ ਉਹ ਵਾਪਸ ਚੱਲ ਗਿਆ ਇੱਥੇ ਅੱਜ 5 ਹੀ ਸਿੰਘ ਸੀ ਜਿਨ੍ਹਾਂ 'ਚੋਂ ਇੱਕ 16 ਸਾਲ ਦੇ ਸੇਵਾ ਕਰ ਰਹੇ ਨੇ ਸਿੰਘ ਜੋਬਨਪ੍ਰੀਤ ਸਿੰਘ ਉਹਨਾਂ ਨੇ ਇਹਨੂੰ ਦੇਖਿਆ ਸੀ ਪਰ ਇਹਨਾਂ ਨੂੰ ਪਤਾ ਨਹੀਂ ਲੱਗਾ ਇਹ ਫਿਰ ਜਿਹੜੇ ਇੱਥੇ ਜਿੰਨੇ ਵੀ ਸੇਵਾਦਾਰ ਸੀ ਉਹ ਚੱਲ ਗਏ ਦੋਨੇ ਜਾਣੇ ਉੱਥੇ ਚੱਲ ਗਏ ਜੀ ਟਾਹਲੀ ਸਾਹਿਬ ਗੁਰਦੁਆਰਾ ਮੱਥਾ ਟੇਕਣ ਜਦੋਂ ਇਹ ਕਰੀਬ 1 ਵਜੇ ਦੇ ਨੇੜੇ ਤੇੜੇ ਆਏ ਨੇ ਅਤੇ ਉਹਨਾਂ ਨੇ ਆਣ ਕੇ ਜਦੋਂ ਗਰਮੀ ਦੇ ਕਰਕੇ ਅੰਦਰ ਗਏ ਨੇ ਅਤੇ ਅੰਦਰ ਬੈਠਦੇ ਹਾਂ ਗੁਰਦੁਆਰਾ ਸਾਹਿਬ ਹਾਲ ਦੇ ਅਤੇ ਦੇਖਿਆ ਤਾਂ ਉਹ ਅੰਗ ਸਾਹਿਬ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਟੇ ਸੀ ਇਹ ਕਿਸੇ ਬੜੇ ਹੀ ਜਿਹੜਾ ਹੈਗਾ ਬੜਾ ਹੀ ਬੇਧਰਮੀ ਬੰਦਾ ਨਾਸਤਿਕ ਬੰਦਾ ਜਿਹਨੇ ਉਹਨੇ ਇਹ ਜਿਹੜਾ ਕਰਮ ਕੀਤਾ ਆ ਪੁਲਿਸ ਨੇ ਇਹਦੇ ਉੱਤੇ FIR ਦਰਜ ਕਰ ਦਿੱਤੀ ਹੈ ਅਤੇ ਅਸੀਂ ਜਿਹੜਾ ਜਲਦੀ ਤੋਂ ਜਲਦੀ ਇਸ ਕੇਸ ਨੂੰ ਜਿਹੜਾ ਟਰੇਸ ਕਰਨ ਦੇ ਜਿਹੜਾ ਹੈਗਾ ਆ ਵਾਹਿਗੁਰੂ ਦੀ ਕਿਰਪਾ ਨਾਲ ਕਰਕੇ ਦੱਸਾਂ ਕਿੰਨੇ ਅੰਗ ਪਾੜੇ ਗਏ ਸਰ ਇਹ 6 ਅੰਗ ਪਾੜੇ ਗਏ ਨੇ ਜੀ 203 ਤੋਂ ਲੈ ਕੇ 208 ਤੱਕ ਜੀ ਸਰ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਈ ਕੋਈ ਦੋਸ਼ੀ ਐ ਐਕਚੁਅਲੀ ਜੀ ਕਿਉਂਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਸਾਰੀ ਨਵੇਂ ਸਿਰਿਓਂ ਹੋ ਰਹੀ ਸੀ ਗੁਰੂ ਗ੍ਰੰਥ ਸਾਹਿਬ ਲਾਗੇ ਇੱਕ ਛੋਟਾ ਜਿਹਾ ਹਾਲ ਸੀ ਉਹਦੇ 'ਚ ਰੱਖਿਆ ਸੀ ਅਤੇ ਇਹਨਾਂ ਨੇ ਸੀਸੀਟੀ ਕੈਮਰੇ ਨਹੀਂ ਸੀ ਲਾਏ ਪਰ ਹੁਣ ਅਸੀਂ ਇਹ ਜਿਹੜੀ ਬਾਕੀ ਆ ਇਨਵੈਸਟੀਗੇਸ਼ਨ ਦੇ ਦੌਰਾਨ ਆਲੇ ਦੁਆਲੇ ਪਿੰਡ 'ਚ ਜਾਂ ਆਲੇ ਦੁਆਲੇ ਦੇ ਪਿੰਡਾਂ ਦੇ ਜਿਹੜੇ ਸੀਸੀਟੀ ਕੈਮਰੇ ਜਾਂ ਹੋਰ ਇਨਫੋਰਮੇਸ਼ਨ ਇਕੱਠੀ ਕਰਕੇ ਜਿਹੜੀ ਅਸੀਂ ਮੁਕੱਦਮਾ ਟ੍ਰੇਸ ਕਰਾਂਗੇ ਇੱਥੇ ਜੀ ਸ਼੍ਰੋਮਣੀ ਕਮੇਟੀ ਦੇ ਹੋਰ ਸਿੱਖ ਸੰਸਥਾਵਾਂ ਵਾਲੇ ਜਿਹੜੇ ਉਹ ਇੱਥੇ ਪਹੁੰਚੇ ਨੇ ਸਾਰੇ ਜਿਹੜੇ ਹੈਗੇ ਉਹ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਨ ਲਈ ਪਹੁੰਚੇ ਨੇ ਆਸ ਆ ਵੀ ਅਸੀਂ ਉਹ ਸਾਡੇ ਲਈ ਅਰਦਾਸ ਕਰ ਰਹੇ ਨੇ ਅਤੇ ਅਸੀਂ ਵਾਹਿਗੁਰੂ ਸਾਨੂੰ ਕਿਰਪਾ ਬਖਸ਼ੇ ਅਤੇ ਅਸੀਂ ਬਿਲਕੁਲ ਬਿਲਕੁਲ ਜੀ ਇਹੋ ਜਿਹੇ ਟਾਈਮ ਦੁੱਖ ਦੇ ਟਾਈਮ ਨਾ ਤਾਂ ਮਾਹੌਲ ਹੀ ਖਰਾਬ ਹੁੰਦਾ ਅਤੇ ਨਾ ਹੀ ਕਿਸੇ ਦੇ ਮਨ 'ਚ ਗੁੱਸਾ ਹੁੰਦਾ ਇਹੋ ਜਿਹਾ ਟਾਈਮ ਜਿਹੜਾ ਸਰਬੱਤ ਦੇ ਭਲੇ ਲਈ ਗੁਜ਼ਾਰਿਆ ਜਾਂਦਾ ਮੈਨੂੰ ਆਸ ਆ ਕਿ ਸਾਰੇ ਸੰਗਤ ਜਿਹੜੀ ਆ ਜਿਹੜੇ ਸਾਡੇ ਜਿੰਨੇ ਵੀ ਸਿੱਖ ਸੰਸਥਾ ਦੇ ਜਿੰਨੇ ਵੀ ਨੁਮਾਇੰਦੇ ਆਏ ਨੇ ਉਹ ਸਬਰ ਕਰਕੇ ਸਰਬੱਤ ਦਾ ਭਲਾ ਕਰਕੇ ਜਿਹੜਾ ਹੈਗਾ ਇਹ ਪੀਸਫੁੱਲੀ ਜਿਹੜਾ ਸਾਨੂੰ ਕੰਮ ਕਰਨ ਦੇਣਗੇ ਉਹਨਾਂ ਦਾ ਅਸੀਂ ਧੰਨਵਾਦੀ ਹਾਂ ਜੀ ਸੂਬੇ 'ਚ ਲੁਟੇਰਿਆਂ ਦੇ ਹੌਸਲੇ ਪੂਰਨ ਤੌਰ 'ਤੇ ਬੁਲੰਦ ਨਜ਼ਰ ਆ ਰਹੇ ਨੇ ਅਤੇ ਆਏ ਦਿਨ ਕਿਸੇ ਨਾ ਕਿਸੇ ਸ਼ਹਿਰ ਜਾਂ ਪਿੰਡ ਦੇ ਵਿੱਚ ਬਦਮਾਸ਼ਾਂ ਦੇ ਵੱਲੋਂ ਕਿਸੇ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਨਵਾਂ ਮਾਮਲਾ ਲੁਧਿਆਣਾ ਦੇ ਲਾਹੌਰਾ ਤੋਂ ਸਾਹਮਣੇ ਆਇਆ ਜਿੱਥੇ ਕਿ ਹਥਿਆਰਬੰਦ ਲੁਟੇਰਿਆਂ ਦੇ ਵੱਲੋਂ ਇੱਕ ਠੇਕੇ 'ਤੇ ਲੁੱਟਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕੀ ਹੈ ਪੂਰਾ ਮਾਮਲਾ ਆਓ ਤੁਹਾਨੂੰ ਦਿਖਾਉਂਦੇ ਇਸ ਖਾਸ ਰਿਪੋਰਟ ਦੇ ਵਿੱਚ 30-35 ਬੰਦੇ ਸੀਗੇ ਜੀ ਉਹਨਾਂ ਦੀ ਕੀਤੀ ਦਿਮਾਗ 'ਤੇ ਸੀਗਾ ਅਤੇ ਮੇਰਾ ਕੈਸ਼ ਦਾ ਟਾਈਮ ਸੀਗਾ ਜੀ ਮੈਂ ਕੈਸ਼ ਆਪਣਾ ਇਕੱਠਾ ਕਰਕੇ ਰੱਖਿਆ ਸੀਗਾ ਜੀ ਅਤੇ 90,000 ਮੇਰਾ ਕੈਸ਼ ਸੀਗਾ ਮੈਂ ਨਾਈਟ ਕੈਸ਼ ਬੰਦ ਜਿਹਨੇ ਵੀ ਗੱਡੀ ਆਉਣੀ ਟਾਈਮ ਸੀਗਾ ਤਾਂ ਹੀ ਮੇਰਾ ਗੇਟ ਖੁੱਲਿਆ ਸੀ ਜੀ ਮੈਂ ਲੋਕ ਲਾ ਕੇ ਰੱਖਦਾ ਸੀ ਕਿ ਲੋਕ ਲਾਇਆ ਨਹੀਂ ਸੀ ਅਜੇ ਮੈਂ ਉਹ ਗੇਟ ਖੋਲ੍ਹ ਕੇ ਅੰਦਰ ਨੂੰ ਆਏ ਇਹ ਟੁੱਟ ਮਾਰੀ ਮੈਨੂੰ ਮੈਂ ਪਿੱਛੇ ਹੋ ਗਿਆ ਜੀ ਉਹਨਾਂ ਨੇ ਵੀ ਉਹਨੇ ਹੱਥ ਪਿਸਟਲ ਵੀ ਸੀਗਾ ਕਿਰਪਾਨ ਸੀਗਾ ਅਤੇ ਟੁੱਟੇ ਟੁੱਟੇ ਜਿਹੜੇ ਸੀ ਅੱਜ ਕੋਈ ਮੇਰੇ ਫਰਿੱਜ ਕੀ ਹਾਲ ਕੀਤਾ ਇਹਨੂੰ ਅਤੇ ਬੋਤਲਾਂ ਵੀ ਚੱਕੇ ਲੈ ਗਏ ਕੁਛ ਮੰਗਿਆ ਕੁਛ ਨਹੀਂ ਮੰਗਿਆ ਜੀ ਉਹ ਸਿੱਧਾ ਅੰਦਰ ਹੀ ਵੜ ਗਏ ਉਹ ਟੋਕੇ ਉਹ ਪੈਦਲ ਸੀਗੇ ਤੁਰ ਕੇ ਆਏ ਸੀਗੇ ਜੀ ਉਹ ਟੋਕਾ ਮਾਰਿਆ ਗੇਟ 'ਤੇ ਮੈਂ ਡਰ ਗਿਆ ਮੈਂ ਕਿਹਾ ਆਹ ਕੀ ਹੋਇਆ ਉਹ ਸਿੱਧੇ ਗੇਟ ਖੋਲ੍ਹ ਕੇ ਅੰਦਰ ਨੂੰ ਵੜ ਕੇ ਅਤੇ ਟੋਕਾ ਟੁੱਕਾ ਮਾਰ ਕੇ ਜੀ ਟੋਕਾ ਟੁੱਕਾ ਮਾਰ ਕੇ ਮੈਨੂੰ ਪਿੱਛੇ ਕਰਕੇ ਮੇਰੇ ਗੱਲੇ ਤੋਂ ਕੈਸ ਅਤੇ ਨਾਲੇ ਬੋਤਾਂ ਬੋਤਾਂ ਸਾਰੇ ਚੱਕ ਕੇ ਲੈ ਗਏ ਜੀ 93,500 ਮੇਰੇ ਸੀਗੇ ਗੱਲੇ 'ਤੇ ਕੈਸ ਨੁਕਸਾਨ ਕਿਹੜਾ ਕਿਹੜਾ ਜ਼ਿਆਦਾ ਹੋਇਆ ਕਿਹੜੀ ਬੋਤਲਾਂ ਦਾ ਜੀ ਵੀ ਇਹਦਾ ਬਲੈਕ ਐਂਡ ਵਾਈਟ ਬਲੈਕ ਐਂਡ ਵਾਈਟ ਪੀ ਐਮ ਬਲੈਕ ਇੰਪੀਰੀਅਲ ਬਲੂ ਤੇ ਆਹ ਦੇਖੋ ਤੋੜਨ ਤੋਂ ਇਲਾਵਾ ਕੁਝ ਨਾਲ ਲੈ ਕੇ ਵੀ ਗਏ ਨੇ ਹਾਂਜੀ ਸਭ ਸਾਰਾ ਸਮਾਨ ਚੱਕ ਕੇ ਲੈ ਗਏ ਮੇਰਾ ਉਹ ਦਾਰੂ ਨਾਲ ਲੈ ਗਏ ਹਾਂਜੀ ਦਾਰੂ ਨਾਲ ਲੈ ਕੇ ਮਹਿੰਗੇ ਬ੍ਰਾਂਡ ਲੈ ਗਏ ਹਾਂਜੀ ਮਹਿੰਗੇ ਬ੍ਰਾਂਡ ਲੈ ਕੇ ਗਏ ਮਾਰਕੁਟ ਵੀ ਤੇ ਨਹੀਂ ਹਾਂ ਨਹੀਂ ਮਾਰਕੁਟ ਵੀ ਮੇਰੇ ਵੀਰ ਤੇ ਲੱਗੇ ਮਾਰੀ ਜੀ ਪਿੱਛੇ ਸਾਈਡ ਤੇ ਹੋ ਗਿਆ ਜੀ ਮੇਰਾ ਬੱਚਾ ਹੋ ਗਿਆ ਜੀ ਚੋਟ ਕਿਹਦੇ ਲੱਗੀ ਹੈ ਕਿਉਂਕਿ ਹੱਥ ਵਾਲੇ ਬੰਦੇ ਨੂੰ ਚੋਟ ਲੱਗੀ ਹੈ ਉਹਨੇ ਦਾਤ ਮਾਰਿਆ ਪਿੱਛੇ ਉਹ ਕਿੱਥੇ ਉਹ ਹਸਪੀਟਲ ਗਿਆ ਜੀ ਕੋਈ ਤੁਹਾਡੀ ਬੈਸਵਾਜੀ ਹੋਈ ਸੀ ਨਹੀਂ ਕੋਈ ਮੇਰੇ ਨਾਲ ਕੋਈ ਬੈਸਵਾਜੀ ਨਹੀਂ ਨਾ ਕੀ ਹੱਥ ਵਾਲੇ ਨੂੰ ਸੰਦੀਪ ਅੱਛਾ ਹਾਂਜੀ ਤੇ ਮਾਲਕ ਨੂੰ ਦੱਸਿਆ ਹਾਂ ਮਾਲਕ ਮੇਰੇ ਆਏ ਹੈ ਜੀ ਕਿੱਥੇ ਮਾਲਕ ਬਾਹਰ ਨੂੰ ਹੈ ਜੀ ਕਿੰਨੀ ਵਜੇ ਦੀ ਘਟਨਾ ਜੀ ਇਹ 9 ਵਜੇ ਦੇ ਬਾਅਦ ਦੀ ਘਟਨਾ ਜੀ ਹੁਣ 9:30 ਫਿਰ ਉਹ 8-10 ਮੁੰਡੇ 10-12 ਜਣੇ ਆਏ ਸੀਗੇ ਉਹ ਫਿਰ ਹੱਤੇ ਵਾਲਿਆਂ ਨਾਲ ਤੇ ਠੇਕੇ ਵਾਲਿਆਂ ਨਾਲ ਕੁੱਟਮਾਰ ਕਰਕੇ ਤੇ ਇਹਨਾਂ ਦੀਆਂ ਫਰਿੱਜ ਵੀ ਤੋੜਤੀ ਆ ਕੂਲਰ ਜਿਹਾ ਤੋੜਤਾ ਬੋਤਲਾਂ ਮਾਤਰਾਂ ਤੇ ਹੱਥੇ ਵਾਲੇ ਨਾਲ ਹੋਈ ਸੀ ਨਹੀਂ ਨਹੀਂ ਹੱਥੇ ਵਾਲੇ ਨਾਲ ਹੋਈ ਸੀ ਠੇਕੇ ਵਾਲਿਆਂ ਨਾਲ ਨਹੀਂ ਪਰ ਉਹਨਾਂ ਦਾ ਹੀ ਹਾਂ ਠੇਕੇ ਵਾਲਿਆਂ ਦਾ ਕਰਕੇ ਇਹਨਾਂ ਨੇ ਬੋਤਲਾਂ ਮਾਤਰਾਂ ਤੋੜ ਗਏ ਤੇ ਇਹਨਾਂ ਦਾ ਕੂਲਰ ਤੋੜ ਗਏ ਨਹੀਂ ਜੀ ਅਨਾਉਣਾ ਹੈ ਜੀ ਸੀਸੀ ਟਾਈਮ ਕੈਮਰੇ ਵੀ ਫਿਰ ਚੈੱਕ ਕਰਦੇ ਹਾਂ
पिछले दिन हड़ के कारण हिमाचल प्रदेश के गुरु घर मणिकरण साहब च फसे पंजाबी श्रद्धालुओं वापस लियाउण दा बीड़ा श्रोमणी गुरुद्वारा प्रबंधक कमेटी के वलों चुकया गया। दरअसल पहला संगत दियां वीडियो जंगल राही वापस आउंदियां दियां सोशल मीडिया से बड़ी तेजी वायरल हो रही सन, जिस च संगतां वलों अपने दुख दर्द सुनाए गए, जिसनों मुख रखदियां हुण एस जी पी सी ने काम नूं नेपरे चाड़न का उपराला किया। ਸਾਨੂੰ ਬਾਬਾ ਸ਼੍ਰੀ ਰਾਮ ਜੀ ਨੇ ਦੱਸਿਆ ਉੱਥੋਂ ਜਾਂ ਉੱਥੇ ਆਪਣਾ ਆਪਣਾ ਖੰਡਾ ਸਾਹਿਬ ਜੀ ਉਹਨਾਂ ਨੇ ਦੱਸਿਆ ਸਾਨੂੰ ਵੀ ਫਿਰ ਸ਼੍ਰੋਮਣੀ ਕਮੇਟੀ 'ਤੇ ਆਪਣੇ ਬੱਸਾਂ ਖੜੀਆਂ ਮੰਡੀ ਤੁਸੀਂ ਪਹੁੰਚੋ, ਵੀ ਸਿਰਫ ਮੰਡੀ ਤੱਕ ਵੀ ਜਿਵੇਂ ਕਿਵੇਂ ਕਰਕੇ ਤੁਸੀਂ ਮੰਡੀ ਤੱਕ ਪਹੁੰਚੋ, ਅੱਗੇ ਤੁਹਾਡੇ ਆਪਣੀ ਸਟੇਟ ਗੌਰਮੈਂਟ ਦੇ ਤੁਹਾਡੀ ਆਪਣੇ ਯਾਨੀ ਕਿ ਆਪਣਾ ਅੰਮ੍ਰਿਤਸਰ ਕਮੰਡੀ ਦੇ ਤੁਹਾਡੇ ਐਸ ਜੀ ਪੀ ਸੀ ਦੇ ਤੁਹਾਡੇ ਬੱਸਾਂ ਖੜੀਆਂ ਉਹਨੂੰ ਉੱਥੇ ਜਾ ਕੇ ਪੂਰੀ ਪੂਰੀ ਸਪੋਰਟ ਹੋਊਗੀ, ਤੁਹਾਨੂੰ ਘਰ ਤੱਕ ਵੀ ਛੱਡ ਕੇ ਆਉਣਗੇ ਕਹਿੰਦੇ। ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ, ਸਰਕਾਰ ਦੇ ਨਾਲ ਤੁਸੀਂ ਕੱਲ੍ਹ ਮਿੱਥੇ ਮੰਨ ਲਿਓ ਕੀ ਗੱਲ ਬਸ। ਦੇਖੋ ਜੀ, ਸਾਡੇ ਨਾਭੇ ਸ਼ਹਿਰ ਦੇ ਨੇ, ਉਹਨਾਂ ਕੋਲ ਮੇਰਾ ਨੰਬਰ ਸੇਵ ਹੈ ਜੀ, ਉਹ ਮੇਰੇ ਸਟੇਟਸ ਦੇਖਦੇ ਰਹਿੰਦੇ, ਉਹ ਮੇਰਾ ਉਹਨਾਂ ਦਾ ਸਟੇਟਸ ਦੇਖਦਾ ਰਹਿੰਦਾ ਆ। ਬਟ ਜਦੋਂ ਅੱਜ ਮੈਨੂੰ ਲੋੜ ਪਈ, ਮੈਨੂੰ ਅੱਜ ਸਰਕਾਰ ਬਣੀ ਨੂੰ ਮੈਨੂੰ ਲੱਗਦਾ ਵੀ 1.5-2 ਸਾਲ ਹੋਣ ਵਾਲੇ ਹੋ ਗਏ, ਜਦੋਂ ਅੱਜ ਮੈਨੂੰ ਲੋੜ ਪਈ ਉਹਨਾਂ ਦੀ, ਮੈਂ ਉਹਨਾਂ ਨੂੰ ਮੈਸੇਜ ਕੀਤੇ, ਉਹਨਾਂ ਨੇ ਮੇਰੇ ਮੈਸੇਜ ਸੀਨ ਵੀ ਕਰਕੇ ਯਾਨੀ ਕਿ ਆਪਣਾ ਮੈਨੂੰ ਕੋਈ ਰਿਪਲਾਈ ਨਹੀਂ ਦਿੱਤਾ ਜੀ, ਮੈਂ ਨਹੀਂ ਅਪਡੇਟ ਦਾ ਮੈਸੇਜ ਵਿੱਚ ਨਾਲ ਪਾਇਆ, ਉਹਨਾਂ ਨੇ ਮੈਨੂੰ ਕੋਈ ਅਪਡੇਟ ਨਹੀਂ ਦਿੱਤਾ ਜੀ ਹਜੇ ਤੱਕ। ਦਾ ਸਮਾਂ ਬੜਿਆ, ਬਹੁਤ ਲੋਕੀ ਇਸ ਹੜ ਦੇ ਵਿੱਚ ਹਿਮਾਚਲ 'ਚ ਫਸ ਗਏ ਸੀ, ਉਹਨਾਂ ਨੂੰ ਉੱਥੋਂ ਕੱਢਣ ਵਾਸਤੇ ਕੋਈ ਵੀ ਜਿਹੜੀ ਸਰਕਾਰ ਨੇ ਕਿਸੇ ਨੇ ਕਿਸੇ ਹੋਰ ਜਥੇਬੰਦੀ ਨੇ ਸਹਿਯੋਗ ਨਹੀਂ ਕੀਤਾ, ਹਿਮਾਚਲ ਦੀ ਸਰਕਾਰ ਨੇ ਕੋਈ ਉਜਰ ਨਹੀਂ ਕੀਤਾ, ਪੰਜਾਬ ਸਰਕਾਰ ਨੇ ਕੋਈ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਕਿ ਸਾਡੇ ਪੰਜਾਬ ਦੇ ਲੋਕ ਉੱਥੇ ਫਸੇ ਆ, ਕਿਸੇ ਢੰਗ ਨਾਲ ਉੱਥੋਂ ਕੱਢੇ ਜਾਣ। ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂ ਸਮਝਦਾ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਜਿਹੜਾ ਸਾਡਾ ਸਿਧਾਂਤ ਹੈ, ਜੋ ਉਸ ਮੁਤਾਬਕ ਉਹਨੇ ਆਪਣੀ ਜ਼ਿੰਮੇਵਾਰੀ ਨਹੀਂ ਸਮਝਿਆ ਹੋਇਆ, ਉੱਥੇ ਬੱਸਾਂ ਭੇਜ ਕੇ ਉਹਨਾਂ ਲੋਕਾਂ ਨੂੰ ਉੱਥੋਂ ਕੱਢ ਕੇ ਲਿਆਉਣ ਦੀ ਬੜੀ ਵੱਡੀ ਤਰੱਦਦ ਕਰਨਾ ਪਿਆ। ਬਹੁਤ ਮੁਸੀਬਤ ਵਿੱਚੋਂ ਨਿਕਲ ਕੇ ਵਿਚਾਰੇ ਅੱਜ ਸਾਡੇ ਕੋਲ ਇੱਥੇ ਪਹੁੰਚਿਆ, ਤੁਸੀਂ ਦੇਖ ਰਹੇ ਉਹਨਾਂ ਦੀ ਗੱਲਬਾਤ ਸੁਣੀ ਹੈ, ਉਹਨਾਂ ਦੀ ਗੱਲ ਨੂੰ ਤੁਸੀਂ ਰਿਕਾਰਡ ਵੀ ਕੀਤਾ, ਦੇਖੋ ਕਿੰਨੇ ਦੁਖੀ ਹਨ ਲੋਕ ਅੱਜ, ਉਹਨਾਂ ਦੁਖੀ ਅਤੇ ਪੀੜਿਤ ਲੋਕਾਂ ਨੂੰ ਅੱਜ ਕਿਸੇ ਨੇ ਵੀ ਇਸ ਪਾਸੇ ਧਿਆਨ ਦਿੱਤਾ। ਉਹਨਾਂ ਨੂੰ ਦੱਸਿਆ ਗਿਆ ਸੀ ਆਪਣੇ MLA ਨੂੰ ਫੋਨ ਕੀਤੇ ਇਲਾਕੇ ਦਿਆਂ ਨੂੰ, ਉਹਨਾਂ ਨੇ ਸਾਡਾ ਫੋਨ ਸੁਣ ਕੇ ਅਤੇ ਸਾਡੀ ਗੱਲ ਕੱਟਤੀ, ਸਾਨੂੰ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਕੋਈ ਪ੍ਰਬੰਧ ਕਰਦੇ ਹਾਂ ਜਾਂ ਨਹੀਂ ਕਰਦੇ। ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਗੱਲ ਨਹੀਂ ਕਰ ਸਕਦੀ, ਸਾਡੇ ਮਾਣਯੋਗ ਪ੍ਰਧਾਨ ਸਾਹਿਬ ਸਰ ਜਿੰਦਰ ਸਿੰਘ ਜੀ ਧਾਮੀ ਸਾਹਿਬ ਨੇ ਉਸੇ ਵੇਲੇ ਆਦੇਸ਼ ਕੀਤਾ ਕਿ ਬੱਸਾਂ ਵੀ ਭੇਜੀਆਂ ਜਾਣ, ਲੰਗਰ ਵੀ ਭੇਜਿਆ ਜਾਵੇ, ਸੇਵਾਦਾਰ ਵੀ ਜਾਣ, ਇਹਨਾਂ ਨੂੰ ਲੈ ਕੇ ਉੱਥੋਂ ਹਿਮਾਚਲ ਤੋਂ ਜਿਹੜਾ ਉਹ ਘਰੋਂ ਘਰ ਹੀ ਪਹੁੰਚਾਇਆ ਜਾਵੇ, ਇਹ ਨਹੀਂ ਕਿ ਉਹਨਾਂ ਨੂੰ ਲੈ ਕੇ ਪੰਜਾਬ ਲੈ ਕੇ ਛੱਡ ਦਿੱਤਾ। ਸੂਬੇ 'ਚ ਆਈ ਕੁਦਰਤੀ ਆਫ਼ਤ ਨੇ ਜਿੱਥੇ ਪੂਰੇ ਸੂਬੇ ਨੂੰ ਭਾਰੀ ਨੁਕਸਾਨ ਪਹੁੰਚਾਇਆ, ਤਾਂ ਹੁਣ ਤੱਕ ਦੀਆਂ ਆਈਆਂ ਰਿਪੋਰਟਾਂ ਮੁਤਾਬਕ ਪਟਿਆਲਾ ਜ਼ਿਲ੍ਹੇ ਨੂੰ ਸਭ ਤੋਂ ਵੱਧ ਨੁਕਸਾਨ ਦੀ ਗੱਲ ਦਰਸਾਈ ਗਈ ਹੈ। ਦਰਅਸਲ ਇਸ ਮਸਲੇ ਨੂੰ ਲੈ ਕੇ ਪਟਿਆਲਾ ਦੇ DC ਦੇ ਵੱਲੋਂ ਮੀਟਿੰਗ ਕਰ ਰਾਹਤ ਕਾਰਜ ਜਲਦ ਤੋਂ ਜਲਦ ਪਹੁੰਚਾਉਣ ਦਾ ਵੀ ਆਸ਼ਵਾਸਨ ਦਿੱਤਾ ਗਿਆ। ਬੀਤੇ ਦਿਨੀ ਪੰਜਾਬ 'ਚ ਆਏ ਹੜ੍ਹਾਂ ਨੇ ਜਿੱਥੇ ਪੂਰੇ ਸੂਬੇ ਨੂੰ ਕਾਫ਼ੀ ਜ਼ਿਆਦਾ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਹੁਣ ਤੱਕ ਦੀਆਂ ਰਿਪੋਰਟਾਂ ਮੁਤਾਬਕ ਸਭ ਤੋਂ ਵੱਧ ਤਬਾਹੀ ਪਟਿਆਲਾ ਜ਼ਿਲ੍ਹੇ 'ਚ ਦਰਜ ਕੀਤੀ ਗਈ ਹੈ ਅਤੇ ਦੂਜਾ ਨੰਬਰ ਸੁਲਤਾਨਪੁਰ ਲੋਧੀ ਦਾ ਮੰਨਿਆ ਗਿਆ। ਪਰ ਹੁਣ ਤੱਕ ਦੇ ਅੰਕੜਿਆਂ ਮੁਤਾਬਕ ਪਟਿਆਲਾ ਦੇ ਕਿਸਾਨਾਂ ਨੂੰ ਇਸ ਹੜ੍ਹ ਦੀ ਸਭ ਤੋਂ ਵੱਡੀ ਮਾਰ ਝੱਲਣੀ ਪਈ ਹੈ ਅਤੇ ਮੁੱਢਲੀਆਂ ਰਿਪੋਰਟਾਂ ਮੁਤਾਬਕ 45,000 ਹੈਕਟੇਅਰ ਰਕਬੇ 'ਚ ਝੋਨੇ ਦੀ ਫਸਲ ਪੂਰੀ ਤਰ੍ਹਾਂ ਦੇ ਨਾਲ ਨਸ਼ਟ ਹੋ ਚੁੱਕੀ ਹੈ, ਜਿਸ ਨੂੰ ਮੁੜ ਤੋਂ ਲਗਾਇਆ ਜਾਣ ਦੀ ਤਜਵੀਜ਼ ਬਣਾਈ ਜਾ ਰਹੀ ਹੈ ਅਤੇ ਦੁਬਾਰਾ ਬਿਜਾਈ ਨਾਲ ਕਿਸਾਨਾਂ ਨੂੰ ਝੋਨੇ ਦੀ ਫਸਲ ਦੀ ਵੇਚ ਵੱਟ ਤੋਂ ਪਹਿਲਾਂ ਹੀ ਦੁੱਗਣਾ ਖਰਚਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ। ਅਤੇ ਖਾਸ ਗੱਲ ਇਹ ਹੈ ਕਿ ਝੋਨੇ ਦੀ ਪਨੀਰੀ ਲਾਉਣ ਨੂੰ ਲੈ ਕੇ ਹੁਣ ਸਭ ਤੋਂ ਵੱਡੀ ਦਿੱਕਤ ਸਾਹਮਣੇ ਆ ਰਹੀ ਹੈ। ਜ਼ਿਕਰਯੋਗ ਹੈ ਕਿ ਸੂਬੇ 'ਚ ਪਟਿਆਲਾ ਦੀ ਇਹ ਸਥਿਤੀ ਹੋਣ ਦਾ ਸਭ ਤੋਂ ਵੱਡਾ ਕਾਰਨ ਘੱਗਰ ਨੂੰ ਅਤੇ 12 ਦਰੀ ਨਦੀ ਨੂੰ ਮੰਨਿਆ ਜਾ ਰਿਹਾ, ਜਿਨ੍ਹਾਂ ਦੇ ਕਈ ਬੰਨ੍ਹ ਟੁੱਟਣ ਕਾਰਨ ਪਾਣੀ ਪੂਰੇ ਪਟਿਆਲੇ 'ਚ ਅੱਗ ਦੀ ਤਰ੍ਹਾਂ ਫੈਲ ਗਿਆ ਸੀ ਅਤੇ ਸਾਫ਼ ਸਫਾਈ ਨਾ ਹੋਣ ਕਾਰਨ ਇਹ ਪਾਣੀ ਸਹੀ ਰਾਹ 'ਤੇ ਜਾਣ ਦੀ ਥਾਂ ਪਟਿਆਲਾ 'ਚ ਹੀ ਭਰ ਗਿਆ, ਜਿਸ ਕਾਰਨ ਇੱਕ ਪਾਸੇ ਕਿਸਾਨਾਂ ਨੂੰ ਇਹ ਮਾਰ ਦਾ ਸ਼ਿਕਾਰ ਹੋਣਾ ਪਿਆ, ਉੱਥੇ ਹੀ ਦੂਜੇ ਪਾਸੇ ਸੈਂਕੜੇ ਹੀ ਦੁਕਾਨਦਾਰਾਂ ਦੇ ਘਰਾਂ ਅਤੇ ਦੁਕਾਨਾਂ ਦੇ ਵਿੱਚ ਇਸ ਪਾਣੀ ਨੇ ਲੱਖਾਂ ਦਾ ਨੁਕਸਾਨ ਕੀਤਾ, ਜਿਸ ਦੇ ਸੰਬੰਧ 'ਚ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਨੀ ਨੇ ਸੋਮਵਾਰ ਨੂੰ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਵੀ ਕੀਤੀ ਹੈ ਅਤੇ ਪੀੜਿਤ ਲੋਕਾਂ ਨੂੰ ਰਾਹਤ ਦੇਣ ਦੀ ਗੱਲ ਵੀ ਆਖੀ ਹੈ। ਪਰ
ਭਾਵੇਂ ਪੂਰੇ ਸੂਬੇ ਦੀਆਂ ਮੁਕੰਮਲ ਰਿਪੋਰਟਾਂ ਅਜੇ ਬਾਕੀ ਨੇ, ਪਰ ਮੁੱਢਲੇ ਤੌਰ 'ਤੇ ਜ਼ਿਲ੍ਹੇ ਅੰਦਰ ਹੋਏ ਨੁਕਸਾਨ ਨੇ ਸਰਕਾਰ ਅਤੇ ਪ੍ਰਸ਼ਾਸਨ 'ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਅਤੇ ਝੋਨੇ ਦੇ 45,000 ਹੈਕਟੇਅਰ ਦੇ ਕਰੀਬ ਖਰਾਬ ਹੋਏ ਰਕਬੇ ਨੇ ਪੰਜਾਬ ਸਰਕਾਰ ਨੂੰ ਵੀ ਰਾਹਤ ਦੇਣ ਲਈ ਮਜਬੂਰ ਕਰ ਦਿੱਤਾ ਹੈ। ਉਂਝ ਜੇਕਰ ਪੂਰੇ ਨੁਕਸਾਨ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਪੂਰਾ ਅੰਦਾਜ਼ਾ ਲਾਉਣਾ ਅਜੇ ਬਾਕੀ ਹੈ, ਕਿਉਂਕਿ ਅਜੇ ਬਹੁਤ ਸਾਰੇ ਇਲਾਕਿਆਂ ਦਾ ਜਾਇਜ਼ਾ ਪੂਰੀ ਤਰ੍ਹਾਂ ਨਹੀਂ ਲਿਆ ਗਿਆ। ਇਸ ਤੋਂ ਇਲਾਵਾ ਬਹੁਤ ਸਾਰੇ ਇਲਾਕਿਆਂ 'ਚ ਅੰਸ਼ਿਕ ਤੌਰ 'ਤੇ ਫਸਲ ਨੁਕਸਾਨੀ ਗਈ ਹੈ। ਸੂਬੇ ਭਰ 'ਚ ਹੋਏ ਨੁਕਸਾਨ ਤੋਂ ਨਸੀਹਤ ਲੈਂਦਿਆਂ ਸਰਕਾਰ ਦੇ ਵੱਲੋਂ ਸੂਬੇ ਭਰ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸੰਬੰਧਿਤ ਵਿਭਾਗਾਂ ਨਾਲ ਮਿਲ ਕੇ ਨਦੀਆਂ ਅਤੇ ਨਾਲਿਆਂ 'ਚ ਪਏ ਪਾੜ ਪੂਰਨ ਨੂੰ ਪਹਿਲ ਦੇਣ ਦੀ ਆਗਿਆ ਦਿੱਤੀ ਗਈ ਹੈ ਅਤੇ ਸਾਰੇ SDM ਨੂੰ ਹਦਾਇਤਾਂ ਹੋਈਆਂ ਨੇ ਕਿ ਹੜ੍ਹਾਂ ਦੌਰਾਨ ਗਈਆਂ ਮਨੁੱਖੀ ਜਾਨਾਂ ਦੇ ਮਾਮਲਿਆਂ 'ਚ ਉਹਨਾਂ ਦੇ ਵਾਰਸਾਂ ਨੂੰ ਨਿਰਧਾਰਿਤ ਨਿਯਮਾਂ ਤਹਿਤ ਬਣਦਾ ਮੁਆਵਜ਼ੇ ਰਾਸ਼ੀ ਜਲਦ ਤੋਂ ਜਲਦ ਦਿੱਤੀ ਜਾਵੇ ਅਤੇ ਉਹਨਾਂ ਦੀਆਂ ਰਿਪੋਰਟਾਂ ਵੀ ਜਲਦ ਤੋਂ ਜਲਦ ਪੇਸ਼ ਕੀਤੀਆਂ ਜਾਣ। ਨੁਕਸਾਨੀਆਂ ਸੜਕਾਂ ਦੀ ਮੁਰੰਮਤ ਅਤੇ ਨਿਰਵਘਨ ਬਿਜਲੀ ਸਪਲਾਈ ਨੂੰ ਵੀ ਯਕੀਨੀ ਬਣਾਉਣ ਲਈ ਫੌਰੀ ਤੌਰ 'ਤੇ ਹੁਕਮ ਜਾਰੀ ਕੀਤੇ ਗਏ ਨੇ। ਖੈਰ, ਇਹਨਾਂ ਹੜ੍ਹਾਂ ਨੇ ਪੂਰੇ ਸੂਬੇ ਦੇ ਵਿੱਚ ਵੱਡੀ ਤਬਾਹੀ ਮਚਾਈ ਹੈ, ਪਰੰਤੂ ਪਟਿਆਲਾ ਜ਼ਿਲ੍ਹੇ ਦਾ ਨਾਂ ਪਹਿਲੇ ਅੱਖਰਾਂ ਦੇ ਵਿੱਚ ਆਉਣਾ ਕਿਤੇ ਨਾ ਕਿਤੇ ਪਿਛਲੀਆਂ ਸਰਕਾਰਾਂ 'ਤੇ ਵੀ ਸਵਾਲ ਖੜ੍ਹਾ ਕਰਦਾ ਹੈ, ਕਿਉਂਕਿ ਦੋ ਵਾਰ ਪੰਜਾਬ ਦੇ ਮੁੱਖ ਮੰਤਰੀ ਪਟਿਆਲਾ ਜ਼ਿਲ੍ਹੇ ਤੋਂ ਹੀ ਰਹੇ ਨੇ। ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਮਾਨ ਜਦੋਂ ਵੀ ਸਾਂਭੀ ਗਈ ਤਾਂ ਉਹ MLA ਵੀ ਪਟਿਆਲਾ ਤੋਂ ਹੀ ਰਹੇ ਨੇ, ਪਰੰਤੂ ਫਿਰ ਵੀ ਪਟਿਆਲਾ ਦੇ ਇਹ ਹਾਲਾਤ ਜੋ ਬਿਆਨ ਕਰਦੇ ਨੇ ਉਹ ਕਿਤੇ ਨਾ ਕਿਤੇ ਪਿਛਲੀਆਂ ਸਰਕਾਰਾਂ 'ਤੇ ਵੀ ਵੱਡੇ ਸਵਾਲ ਖੜ੍ਹੇ ਕਰਦੇ ਨੇ। ਪੰਜਾਬ ਨਿਊਜ਼ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।